ਬਰਨਾਲਾ 'ਚ ਸਿਮਰਨਜੀਤ ਸਿੰਘ ਮਾਨ ਵੱਲੋਂ ਚੋਣ ਪ੍ਰਚਾਰ ਜਾਰੀ ਹੈ, ਜਿਸ 'ਚ ਉਹਨਾਂ ਨੂੰ ਹਰ ਵਰਗ ਹਰ ਧਰਮ ਦਾ ਸਮਰਥਨ ਵੀ ਮਿਲ ਰਿਹਾ। ਜੀ ਹਾਂ, ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਵਾਇਰਲ ਵੀ ਹੋ ਰਹੀਆਂ ਨੇ। ਉੱਧਰ ਹੀ ਗੱਲ ਕਰੀਏ ਤਾਂ ਉਹਨਾਂ ਨੇ ਭਾਜਪਾ 'ਤੇ ਕਈ ਤੰਜ ਕੱਸੇ ਨੇ। ਉਹਨਾਂ ਨੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਆਗੂ ਅਤੇ ਪ੍ਰਧਾਨ ਮੰਤਰੀ ਧਰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਨੇ, ਜਦਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਕਾਰਨ ਧਰਮ ਦੇ ਨਾਮ 'ਤੇ ਵੋਟਾਂ ਨਹੀਂ ਮੰਗੀਆਂ ਜਾ ਸਕਦੀਆਂ। ਪਰ ਸਾਡੇ ਦੇਸ਼ ਦਾ ਚੋਣ ਕਮਿਸ਼ਨ ਇਸ ਮਾਮਲੇ ਦੇ ਵਿੱਚ ਭਾਜਪਾ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਤੇ ਸਿਮਰਨਜੀਤ ਸਿੰਘ ਮਾਨ ਨੇ ਕਾਫੀ ਕੁਝ ਕਿਹਾ। ਜੀ ਹਾਂ, ਉਹਨਾਂ ਨੇ ਸੁਪਰੀਮ ਕੋਰਟ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਤੇ ਇਤਰਾਜ਼ ਵੀ ਪ੍ਰਗਟਾਇਆ। ਉਹਨਾਂ ਕਿਹਾ ਕਿ ਕੇਜਰੀਵਾਲ ਤੇ ਹਾਲੇ ਸਿਰਫ ਦੋਸ਼ੀ ਲਗਾਏ ਗਏ ਨੇ, ਜਦਕਿ ਉਹਨਾਂ ਨੂੰ ਕੋਈ ਸਜ਼ਾ ਦਾ ਐਲਾਨ ਨਹੀਂ ਕੀਤਾ ਗਿਆ। ਸੋ ਇਸ ਦੇ ਚੱਲਦਿਆਂ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੀਆਂ ਸ਼ਰਤਾਂ ਨਹੀਂ ਲਗਾਈਆਂ ਜਾ ਸਕਦੀਆਂ। ਹੋਰ ਵੀ ਉਹਨਾਂ ਨੇ ਕਈ ਤੰਜ ਕੱਸੇ ਅਤੇ ਗੱਲਾਂ ਦੇ ਵਿੱਚ ਵਿਰੋਧੀਆਂ ਦੀ ਰੀਲ ਬਣਾ ਦਿੱਤੀ। ਤੁਸੀਂ ਵੀ ਸੁਣੋ। ਬਹੁਤ ਅੱਛਾ ਮਿਲ ਰਿਹਾ ਜੀ, ਤੁਸੀਂ ਜਰਨਲਿਸਟ ਹੋ, ਤੁਸੀਂ ਆਪ ਆਪਣੇ ਕੈਮਰਿਆਂ ਦੇ ਵਿੱਚ ਰਜਿਸਟਰ ਕਰ ਰਹੇ ਹੋ ਕਿਹੋ ਜਿਹਾ ਰਿਸਪੋਂਸ ਹੈ, ਅਤੇ ਮੈਂ ਤਾਂ ਬਹੁਤ ਤੁਹਾਡਾ ਵੀ ਅਤੇ ਸਾਰੀ ਪਬਲਿਕ ਦਾ ਬਹੁਤ ਬਹੁਤ ਰਿਣੀ ਹੈ ਕਿ ਜਿਹੜਾ ਇਹ ਰਿਸਪੋਂਸ ਪੋਜ਼ੀਟਿਵ ਅਤੇ ਚੰਗਾ ਸਾਰੇ ਮੇਰੇ ਹਲਕਾ ਦੇ ਰਿਹਾ। ਜਿਵੇਂ ਕਿ ਗੱਲ ਕਰੀਏ ਬੀਜੇਪੀ ਦੀ, ਬੀਜੇਪੀ ਨੇ ਇੰਨੀ ਲੇਟ ਆਪਦਾ ਉਮੀਦਵਾਰ ਉਤਾਰਿਆ, ਕੀ ਲੱਗਦਾ ਤੁਹਾਨੂੰ? ਇਹ ਤਾਂ ਬੀਜੇਪੀ ਦੀ ਮਰਜ਼ੀ ਹੁੰਦੀ ਹੈ ਜੀ, ਉਹ ਤਾਂ ਰਾਜ ਕਰ ਰਹੇ ਹੈਗੇ ਆ ਦਿੱਲੀ ਦੇ ਉੱਤੇ, ਅਤੇ ਮਰਜ਼ੀ ਦੇ ਨਾਲ ਚੱਲਦੇ ਆ, ਕਿਸੇ ਨੂੰ ਪੁੱਛਦੇ ਨਹੀਂ, ਕਰਦੇ ਨਹੀਂ ਹੈ, ਕਿਸੇ ਨਾਲ ਗੱਲ ਨਹੀਂ ਕਰਦੇ, ਅਤੇ ਆਪਣੇ ਆਪ ਹੀ ਮੁਲਕ ਨੂੰ ਚਲਾਈ ਜਾਂਦੇ ਹੈ। ਹੁਣ ਕਹਿੰਦੇ ਆ ਕਿ ਇਹ ਇੰਡੀਆ ਦਾ ਨਾਂ ਭਾਰਤ ਰੱਖ ਦੇਣਾ, ਫਿਰ ਇਹੋ ਜਿਹੀਆਂ ਗੱਲਾਂ ਮੋਦੀ ਸਾਹਿਬ ਕਰਦੇ ਆ, ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀ ਜਾਂਦੇ ਹੈ, ਜਿਹੜਾ ਕਿ ਇਹ ਮੁਲਕ ਧਰਮ ਨਿਰਪੱਖ ਮੁਲਕ ਹੈ ਅਤੇ ਧਰਮ ਦੇ ਉੱਤੇ ਆਪਾਂ ਵੋਟ ਨਹੀਂ ਮੰਗ ਸਕਦੇ, ਅਤੇ ਇਲੈਕਸ਼ਨ ਕਮਿਸ਼ਨ ਅਜੇ ਚੁੱਪ ਕੀਤਾ ਬੈਠਾ ਹੈ ਕਿ ਕੋਈ ਵੀ ਐਕਸ਼ਨ ਮੋਦੀ ਸਾਹਿਬ ਦੇ ਖਿਲਾਫ ਨਹੀਂ ਲੈ ਰਹੇ ਆ। ਦੂਸਰੀ ਚੀਜ਼ ਹੈ ਕਿ ਮੋਦੀ ਸਾਹਿਬ ਨੇ ਫੌਜਦਾਰੀ ਕੀਤੀ ਹੈ, ਕਿ ਕਿਹਾ ਕਿ ਪਹਿਲਾਂ ਤਾਂ ਅਸੀਂ ਨਾਲ ਦੇ ਅਤੇ ਬਾਹਰ ਦੇ ਮੁਲਕਾਂ ਨੂੰ ਆਪਣਾ ਫਾਈਲ ਭੇਜਦੇ ਸੀ, ਡੋਜ਼ੀਅਰ ਭੇਜਦੇ ਸੀਗੇ ਕਿ ਜਿਹੜੇ ਬੰਦੇ ਇੱਥੇ ਇੰਡੀਆ ਦੇ ਵਿੱਚ ਜੁਰਮ ਕਰਦੇ ਹੈ ਉਹਨਾਂ ਦਾ ਤੁਸੀਂ ਐਕਸ਼ਨ ਲਓ। ਹੁਣ ਮੋਦੀ ਸਾਹਿਬ ਕਹਿੰਦੇ ਹੈ ਕਿ ਅਸੀਂ ਉਹ ਰਿਵਾਜ ਛੱਡ ਦਿੱਤਾ, ਅਸੀਂ ਹੁਣ ਸਿੱਧੀ ਗੋਲੀ ਆਪਣੀ ਇੰਟੈਲੀਜੈਂਸ ਤੋਂ ਮਰਵਾਉਂਦੇ ਹਾਂ, ਜਿਵੇਂ ਕੈਨੇਡਾ ਦੇ ਵਿੱਚ ਆਪਣੇ ਨਿੱਜਰ ਨੂੰ ਮਰਵਾਤਾ, ਰਿਪੂ ਦਮਨ ਸਿੰਘ ਮਲਿਕ ਨੂੰ ਮਰਵਾਤਾ, ਸੁਖਦੂਤ ਸਿੰਘ ਨੂੰ ਮਰਵਾਤਾ, ਬਰਤਾਨੀਆ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ, ਰੋਡੇ ਨੂੰ ਮਰਵਾਤਾ, ਅਤੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ, ਅਤੇ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ। ਇਹ ਸਾਰੇ ਜੁਰਮ ਇੰਟਰਨੈਸ਼ਨਲ ਪੱਧਰ ਦੇ ਬਣਦੇ ਹੈ, ਅਤੇ ਮੋਦੀ ਸਾਹਿਬ ਨੂੰ ਆਪਣੇ ਕਾਨੂੰਨ ਦਾ ਵੀ ਨਹੀਂ ਪਤਾ ਕਿ ਜਿਹੜਾ ਕਹਿੰਦਾ ਕਿ ਜਿਹੜਾ ਵੀ ਆਦਮੀ ਜਾਂ ਕੋਈ ਸੰਸਥਾ ਸਾਡੇ ਦੇਸ਼ ਦੇ ਵਿੱਚ ਦੂਜੇ ਦੇਸ਼ ਜਿਹਦੇ ਨਾਲ ਸਾਡਾ ਦੋਸਤਾਨਾ ਉਹਦਾ ਰਿਸ਼ਤਾ ਖਰਾਬ ਕਰੂਗਾ, ਉਹਦੇ ਉੱਤੇ ਫੌਜਦਾਰੀ ਹੋਊਗੀ। ਸੋ ਮੇਰਾ ਮਤਲਬ ਹੈ ਇਹ ਵੀ ਕਾਨੂੰਨ ਮੋਦੀ ਸਾਹਿਬ ਅਤੇ ਸ਼ਾਹ ਸਾਹਿਬ ਨੇ ਤੋੜਿਆ, ਨਾਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਨਾਲੇ ਜੈ ਰਾਮ ਜੀ ਜੈ ਸ਼ੰਕਰ ਜੀ ਨੇ, ਅਤੇ ਨਾਲੇ ਡੋਇਲ ਨੇ, ਅਤੇ ਇਹ ਰੋ ਦੇ ਮੁਖੀ ਨੇ, ਇਹ ਸਾਰੇ ਕਾਨੂੰਨ ਤੋੜ ਕੇ ਇਹ ਇਲੈਕਸ਼ਨ ਕਰ ਰਹੇ ਹੈ, ਅਤੇ ਇਹ ਧਰਮ ਦੇ ਨਾਂ ਦੇ ਉੱਤੇ ਰਾਮ ਮੰਦਰ ਦੇ ਉੱਤੇ ਵੋਟ ਮੰਗ ਰਹੇ ਹੈ, ਜਿਹੜਾ ਕਿ ਇਹ ਨਹੀਂ ਕਰ ਸਕਦੇ, ਅਤੇ ਇਹਦਾ ਐਕਸ਼ਨ ਕਿਸੇ ਕੋਲ ਤਾਕਤ ਨਹੀਂ ਹੈ, ਨਾ ਸੁਪਰੀਮ ਕੋਰਟ 'ਚ ਹੈ,
ਨਾ ਇਲੈਕਸ਼ਨ ਕਮਿਸ਼ਨ ਕੋਲ ਹੈ ਕਿ ਇਸ ਨੂੰ ਬੰਦ ਕੀਤਾ ਜਾਵੇ, ਜਿਹਦਾ ਮਤਲਬ ਹੈ ਕਿ ਸਾਡਾ ਸਿਸਟਮ ਜਿੱਥੇ ਸਾਡਾ ਅਤਬਾਰ ਸੀਗਾ ਉਹ ਹੁਣ ਖਤਮ ਹੋ ਜਾ ਰਿਹਾ, ਕਿ ਸੁਪਰੀਮ ਕੋਰਟ ਵੀ ਆਪਣੇ ਸੰਵਿਧਾਨ ਨੂੰ ਉਹਦੀ ਰੱਖਿਆ ਨਹੀਂ ਕਰ ਰਹੀ। ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਸੀ, ਸਾਰਿਆਂ ਦੇ। ਮੈਨੂੰ ਬੜੀ ਖੁਸ਼ੀ ਹੋਈ ਹੈ ਜਿਹੜਾ ਇਹਨਾਂ ਨੇ ਇੰਨਾ ਮੇਰਾ ਸਤਿਕਾਰ ਕੀਤਾ, ਅਤੇ ਮੈਂ ਵੀ ਇਹਨਾਂ ਦੇ ਲਈ ਬਹੁਤ ਕੰਮ ਕੀਤਾ ਅਤੇ ਇਹ ਅਮਨ ਰੱਖਿਆ ਜਿਹਦੇ ਨਾਲ ਇਹਨਾਂ ਦੀ ਜਿਹੜਾ ਵਪਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇ। ਕੋਈ ਫਰੌਤੀ ਨਹੀਂ ਇੱਥੇ ਹੋਈ, ਕੋਈ ਕਿਸੇ ਕਿਸਮ ਦਾ ਇਹਨਾਂ ਦੇ ਉੱਤੇ ਇਹੋ ਜਿਹਾ ਮੇਰੇ ਕੋਲ ਕੋਈ ਉਲੰਭਾ ਆਇਆ ਹੋਵੇ ਕਿ ਸਾਡੇ ਨਾਲ ਕਿਸੇ ਨਾਲ ਫੌਜਦਾਰੀ ਹੋਈ ਹੈ ਜਾਂ ਕਿਸੇ ਨਾਲ ਵੈਰ ਵਿਰੋਧ ਦੇ ਨਾਲ ਕਿਸੇ ਨਾਲ ਕੁਛ ਕੀਤਾ ਗਿਆ ਹੋਵੇ। ਸੁੱਖ ਅਤੇ ਚੈਨ ਦੀ ਬਾਂਸੀ ਬਿਲਕੁਲ ਮੇਰੇ ਹਲਕੇ ਦੇ ਵਿੱਚ ਜਦ ਦਾ ਮੈਂ ਐਮ ਪੀ ਬਣਿਆ ਇਹ ਵੱਜਦੀ ਰਹੀ ਹੈ। ਕਿਹੋ ਜਿਹੀ ਪਾਰਟੀ ਹੈਗੀ ਹੈ ਅਤੇ ਇਹਨਾਂ ਨੇ ਤਾਂ ਕਈ ਵੀ ਬਿੱਲ ਨਹੀਂ ਉਤਾਰੇ ਹੈਗੇ ਅਜੇ ਤੱਕ, ਅਤੇ ਇਹ ਨਜਾਇਜ਼ ਫਾਇਦਾ ਲੈ ਕੇ ਅਤੇ ਨਜਾਇਜ਼ ਇੱਕ ਸਮਝੌਤਾ ਬੀ ਜੇ ਪੀ ਦੇ ਨਾਲ ਬਣੌਟੀ ਕਰਕੇ ਇੱਥੇ ਰਾਜ ਕੀਤਾ ਅਤੇ ਇੱਥੇ ਜਿੰਨੀਆਂ ਵੀ ਪਾਕਿਸਤਾਨ ਤੋਂ ਡਰੱਗਸ ਆਈਆਂ, ਨਸ਼ੇ ਆਏ ਹੈ, ਇਹਨਾਂ ਦੇ ਰਾਜ ਦੇ ਵਿੱਚ ਆਏ ਹੈ। ਅਤੇ ਜਿਹੜੇ ਬੀ ਜੇ ਪੀ ਦੇ ਪ੍ਰਧਾਨ ਸੀਗੇ ਫਿਰੋਜ਼ਪੁਰ ਦੇ ਸ਼ਰਮਾ ਜੀ, ਉਹਨਾਂ ਦੇ ਪ੍ਰਾਈਵੇਟ ਸੈਕਟਰੀ ਤੋਂ ਜਿਹੜੀਆਂ ਇਹ ਚੀਜ਼ਾਂ ਨਸ਼ੀਲੀਆਂ ਪਾਕਿਸਤਾਨ ਤੋਂ ਆਉਂਦੀਆਂ ਸੀ ਉਹ ਫੜੀਆਂ ਗਈਆਂ ਸੀਗੀਆਂ, ਪਰ ਸ਼ਰਮਾ ਸਾਹਿਬ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ। ਸਗੋਂ ਬਾਦਲ ਸਰਕਾਰ ਨੇ ਜਿਹੜੇ ਉੱਥੇ ਐਸ ਐਸ ਪੀ ਲੱਗੇ ਹੋਏ ਸੀਗੇ ਮਾਨ ਸਾਹਿਬ, ਉਹਨਾਂ ਦਾ ਤਬਾਦਲਾ ਕਰ ਦਿੱਤਾ ਸੀਗਾ, ਜਿਹਦਾ ਮਤਲਬ ਹੈ ਬੀ ਜੇ ਪੀ ਅਤੇ ਬਾਦਲ ਦਲ ਇਕੱਠੇ ਹੋ ਕੇ ਇੱਥੇ ਸਮੱਗਰੀ ਪਾਕਿਸਤਾਨ ਤੋਂ ਫੜਾਉਂਦੇ ਰਹੇ ਹੈ, ਜਿਹਦੇ ਵਿੱਚ ਅਸਲਾ ਵੀ ਆਉਂਦਾ ਰਿਹਾ ਹੈ ਅਤੇ ਡਰੱਗਸ ਅਤੇ ਕੋਕੇਨ ਅਤੇ ਚਿੱਟਾ ਅਤੇ ਇਹ ਸਾਰੇ ਜਿਹੜੇ ਖਤਰਨਾਕ ਡਰੱਗਸ ਹੈ ਉਹਨਾਂ ਦੇ ਟਾਈਮ ਦੇ ਵਿੱਚ ਆਏ ਆ। ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ, ਉਹਨਾਂ ਨੂੰ ਵੀ ਅਸੀਂ ਪੂਰਾ ਚਿੱਠਾ ਭੇਜਤਾ ਸੀਗਾ, ਪਰ ਅਜੇ ਕੋਈ ਐਕਸ਼ਨ ਨਹੀਂ ਹੋਇਆ। ਤੁਹਾਨੂੰ ਪਤਾ ਜਦੋਂ ਕੌਡੀ ਦਾ ਮੈਚ ਇੰਟਰਨੈਸ਼ਨਲ ਬਾਦਲਾਂ ਨੇ ਕਰਾਇਆ ਉਸ ਵੇਲੇ ਇਹਨਾਂ ਨੇ ਬਹਾਨਾ ਬਣਾ ਤਾ ਕਿ ਕੌਡੀ ਦੇ ਮੈਚ ਹੈਗੇ ਆ, ਪਰ ਇੰਟਰਨੈਸ਼ਨਲ ਸਾਰੇ ਜਿੱਡੇ ਵੀ ਵੱਡੇ ਵੱਡੇ ਸਮੱਗਲਰ ਦੁਨੀਆ ਦੇ, ਕੈਨੇਡਾ ਦੇ, ਅਮੈਰੀਕਾ, ਜਪਾਨ, ਏਸ਼ੀਆ ਦੇ ਸੀਗੇ ਉੱਥੇ ਸੱਦੇ ਗਏ ਅਤੇ ਉੱਥੇ ਸੌਦੇਬਾਜ਼ੀ ਹੋਈ ਅਤੇ ਉਸ ਕੌਡੀ ਮੈਚ ਦੇ ਦੌਰਾਨ ਇਹ ਸਾਰੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਇੱਕ ਗੈਂਗ ਬਣ ਗਿਆ ਜਿਹੜਾ ਇਹ ਸਮੱਗਲਿੰਗ ਕਰਦਾ ਸੀਗਾ। ਮੈਂ ਕਹਿੰਦਾ ਕਿ ਇਹ ਕੇਜਰੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਦਿੱਤੀ ਹੈ ਠੀਕ ਦਿੱਤੀ ਗਈ ਹੈ, ਦੇਣੀ ਚਾਹੀਦੀ ਸੀ, ਪਰ ਸੁਪਰੀਮ ਕੋਰਟ ਉਹਨਾਂ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਲਾ ਸਕਦੀ, ਕਿਉਂ ਕਰਕੇ ਉਹਨਾਂ ਨੂੰ ਕੈਦ ਨਹੀਂ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਆਰਡਰ ਨਹੀਂ ਦੇ ਸਕਦੇ, ਕੋਈ ਲਿਖਤ ਪੜਤ ਪੜਤਾ ਉਹ ਫਾਈਲ ਨਹੀਂ ਦੇਖ ਸਕਦੇ, ਇਹ ਬਿਲਕੁਲ ਗਲਤ ਆਰਡਰ ਹੈ ਸੁਪਰੀਮ ਕੋਰਟ ਦਾ, ਕਿਉਂ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਅਤੇ ਉਹ ਸਿਰਫ ਬੇਲ ਦੇ ਉੱਤੇ ਆਏ ਹੈ। ਜਿੰਨਾ ਚਿਰ ਬੰਦਾ ਅਦਾਲਤ ਤੋਂ ਸਜ਼ਾ ਯਾਫਤਾ ਨਾ ਹੋਏ ਉਨਾ ਚਿਰ ਉਹਨੂੰ ਸਮਝਿਆ ਜਾਂਦਾ ਕਿ ਉਹ ਬੇਗਨਾਹ ਹੈਗਾ ਅਤੇ ਆਪਣਾ ਕੰਮ ਕਰ ਸਕਦਾ ਹੈ। ਅਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਹਟਾ ਤਾ ਆਪਣੇ ਚੀਫ ਮਿਨਿਸਟਰ ਦੇ ਕੰਮ ਤੋਂ, ਮੈਂ ਉਹਦੀ ਪੁਸ਼ਟੀ ਨਹੀਂ ਕਰ ਸਕਦਾ, ਕਿਉਂ ਕਰਕੇ ਅਸੀਂ ਡੈਮੋਕ੍ਰੈਟਿਕ ਅਤੇ ਜਮਹੂਰੀਅਤ ਪਸੰਦ ਲੋਕ ਹੈ, ਸੰਵਿਧਾਨ ਦੇ ਵਿੱਚ ਰਹਿੰਦੇ ਹਾਂ, ਕਾਨੂੰਨ ਦੇ ਵਿੱਚ ਰਹਿੰਦੇ ਹਾਂ, ਅਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਬਹੁਤ ਗਲਤ ਕੀਤਾ। ਜੇ ਸੰਗਰੂਰ ਤੋਂ ਜਿੱਤ ਪ੍ਰਾਪਤ ਕਰਦੇ ਹੋ, ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹੋ, ਹਾਂਜੀ,
ਜਿਵੇਂ ਮੈਨੂੰ ਸੂਟ ਕਰੂਗਾ ਮੇਰੇ ਹਲਕੇ ਦੇ ਲਈ ਜਿਹੜੀ ਚੀਜ਼ ਚੰਗੀ ਲੱਗੂਗੀ ਮੈਨੂੰ ਤੇ ਪੰਜਾਬ ਦੇ ਲਈ ਚੰਗੀ ਲੱਗੂਗੀ ਉਹ ਮੈਂ ਕੰਮ ਕਰੂੰਗਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।